हाँ जी दोस्तों, बहुत बहुत स्वागत है तुहाडे सारे अंदर। भाई जिवें कि तुहानू पता ही आ, आपां 10वीं 12वीं दे संबंधित अपडेट लैके आउंदे रहने आ। ते दोस्तों मैं एक वीडियो अपलोड कीती सी, ते उस दे विच मैं तुहानू कहा सी कि तुहाडा जिहड़ा रोल नंबर आ उह कल वैबसाइट ते आ जाऊगा। दोस्तों मैं तुहानू थोड़ी कहा सी इह, दोस्तों गल मैं बोर्ड दे अधिकारी तों पुछिया सी, उहनां ने कहा सीगा कि कल जिहड़ा तुहाडा रोल नंबर आ उह वैबसाइट ते पै जाऊगा। ते दोस्तों एक होर गल कि जिहड़े रोल नंबर आ उह वैबसाइट ते किहनां दे आउणगे, उह वी मैं इत्थे क्लीयर करूँगा कि रोल नंबर ਕਿਹੜੇ ਕਿਹੜੇ ਵਿਦਿਆਰਥੀ ਦੇ ਵੈਬਸਾਈਟ ਤੇ ਆਉਣਗੇ ਤੇ ਕਿਹੜੇ ਕਿਹੜੇ ਵਿਦਿਆਰਥੀਆਂ ਦੇ ਵੈਬਸਾਈਟ ਤੇ ਨਹੀਂ ਆਣਗੇ। ਤੇ ਦੋਸਤੋ ਮੈਂ ਇੱਥੇ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰੋਲ ਨੰਬਰ ਬਾਰੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਰੋਲ ਨੰਬਰ ਕਿਹੜਾ ਵਿਦਿਆਰਥੀ ਇੱਥੇ ਰੋਲ ਨੰਬਰ ਵੈਬਸਾਈਟ ਤੇ ਚੈੱਕ ਕਰ ਸਕਦਾ, ਯਾਨੀ ਕਿ ਇੱਥੇ ਰੋਲ ਨੰਬਰ ਵਾਲੇ ਕਾਲਮ ਤੇ ਜਦੋਂ ਲਿੰਕ ਆ ਜਾਊਗਾ ਨਿਊ ਤਾਂ ਤੁਸੀਂ ਆਪਣਾ ਰੋਲ ਨੰਬਰ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਦੋਸਤੋ, ਪਰ ਕਿਹੜਾ ਵਿਦਿਆਰਥੀ ਇਸ ਰੋਲ ਨੰਬਰ ਨੂੰ ਡਾਊਨਲੋਡ ਕਰ ਸਕਦਾ? ਦੋਸਤੋ ਜਿਨ੍ਹਾਂ ਨੇ ਪ੍ਰਾਈਵੇਟਲੀ ਆਪਣਾ ਫਾਰਮ ਭਰਿਆ, ਯਾਨੀ ਕਿ ਪ੍ਰਾਈਵੇਟਲੀ ਦੇ ਵਿੱਚ ਕੌਣ ਕੌਣ ਆ ਜਾਂਦੇ ਨੇ, ਜਿਨ੍ਹਾਂ ਨੇ ਇੰਪਰੂਵਮੈਂਟ ਦਾ ਫਾਰਮ ਭਰਿਆ, ਜਿਨ੍ਹਾਂ ਨੇ ਕੰਪਾਰਟਮੈਂਟ ਦਾ ਫਾਰਮ ਭਰਿਆ, ਜਿਨ੍ਹਾਂ ਨੇ ਐਡੀਸ਼ਨਲ ਦਾ ਭਰਿਆ ਤੇ ਜਿਨ੍ਹਾਂ ਨੇ ਓਪਨ ਸਕੂਲ ਦਾ ਫਾਰਮ ਭਰਿਆ ਪ੍ਰਾਈਵੇਟਲੀ, ਉਹਨਾਂ ਦੇ ਰੋਲ ਨੰਬਰ ਦੋਸਤੋ ਇੱਥੇ ਆਣਗੇ ਰੋਲ ਨੰਬਰ ਕਾਲਮ ਵਾਲੇ ਤੇ। ਠੀਕ ਹੈ ਦੋਸਤੋ, ਤੇ ਇੱਕ ਹੋਰ ਗੱਲ, ਤੇ ਜਿਹੜੇ ਵਿਦਿਆਰਥੀ ਹਜੇ ਸਕੂਲ ਦੇ ਵਿੱਚ ਪੜ੍ਹ ਰਹੇ ਆ, 10ਵੀਂ 'ਚ ਵੀ ਹੋਵੇ ਚਾਹੇ ਉਹ 12ਵੀਂ 'ਚ ਹੋਵੇ, ਜਿਹੜੇ ਵਿਦਿਆਰਥੀ ਹਜੇ, ਮੈਂ ਇੱਕ ਵਾਰੀ ਫਿਰ ਤੋਂ ਦੱਸ ਦਿਨਾ ਦੋਸਤੋ, ਜਿਹੜੇ ਸਟੂਡੈਂਟਸ ਹਜੇ 10ਵੀਂ ਤੇ 12ਵੀਂ ਕਲਾਸ ਦੇ ਵਿੱਚ ਪੜ੍ਹ ਰਹੇ ਆ, ਰੈਗੂਲਰ 10ਵੀਂ ਤੇ 12ਵੀਂ ਕਲਾਸ ਦੇ ਵਿੱਚ ਪੜ੍ਹ ਰਹੇ ਆ, ਉਹਨਾਂ ਦੇ ਦੋਸਤੋ ਰੋਲ ਨੰਬਰ ਇੱਥੇ ਨਹੀਂ ਹੋਣੇ। ਠੀਕ ਹੈ ਨਾ, ਉਹਨਾਂ ਦੇ ਰੋਲ ਨੰਬਰ ਇੱਥੇ ਨਹੀਂ ਹੋਣੇ, ਤੁਸੀਂ ਖੁਦ ਡਾਊਨਲੋਡ ਨਹੀਂ ਕਰ ਸਕਦੇ ਆਪਣਾ ਰੋਲ ਨੰਬਰ। ਤੁਹਾਡਾ ਰੋਲ ਨੰਬਰ ਦੋਸਤੋ ਆਊਗਾ ਇੱਥੇ ਸਕੂਲ ਲੌਗਇਨ ਆਈਡੀ ਵਾਲੇ ਤੇ, ਇਹ ਵੀ ਸਿਰਫ ਤੁਹਾਡੇ ਜਿਹੜੇ ਇਹ ਸਕੂਲ ਲੌਗਇਨ ਆਈਡੀ ਤੇ ਕਲਿੱਕ ਕਰਕੇ ਤੁਹਾਡੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਹੋਣਗੇ ਉਹਨਾਂ ਦੇ ਸਕੂਲ ਦੇ ਜਿਹੜਾ ਇਹ ਲੌਗਇਨ ਆਈਡੀ ਆ ਉਹ ਇੱਥੇ ਭਰਿਆ ਜਾਊਗਾ, ਉਹ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਹੀ ਭਰਨਗੇ। ਫਿਰ ਜਦੋਂ ਇੱਥੇ ਉਹਨਾਂ ਨੇ ਲੌਗਇਨ ਆਈਡੀ ਭਰਿਆ, ਉਸ ਤੋਂ ਬਾਅਦ ਜਿਹੜੇ ਵੀ ਤੁਹਾਡੇ ਕਲਾਸ ਦੇ ਸਾਰੇ ਜਿਹੜੇ ਮਤਲਬ ਸਟੂਡੈਂਟ ਨੇ ਉਹਨਾਂ ਦਾ ਰੋਲ ਨੰਬਰ ਆਊਗਾ ਇੱਥੇ। ਠੀਕ ਹੈ ਦੋਸਤੋ, ਇਸ ਨੂੰ ਤੁਸੀਂ ਖੁਦ ਡਾਊਨਲੋਡ ਨਹੀਂ ਕਰ ਸਕਦੇ, ਇਹ ਸਿਰਫ ਤੁਹਾਡੇ ਸਕੂਲ ਵਾਲੇ ਹੀ ਤੁਹਾਨੂੰ ਡਾਊਨਲੋਡ ਕਰਕੇ ਪ੍ਰੋਵਾਈਡ ਕਰਾਉਣਗੇ, ਨਾ ਕਿ ਤੁਸੀਂ ਖੁਦ ਇੱਥੋਂ ਸੋਚੋਗੇ ਕਿ ਅਸੀਂ ਖੁਦ ਆਪਣਾ ਰੋਲ ਨੰਬਰ ਡਾਊਨਲੋਡ ਕਰ ਲਈਏ, ਉਹ ਨਹੀਂ ਹੋਣਾ। ਠੀਕ ਹੈ, ਸਿਰਫ ਪ੍ਰਾਈਵੇਟ ਵਾਲੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਪ੍ਰਾਈਵੇਟਲੀ ਕੋਈ ਫਾਰਮ ਭਰਿਆ ਵਾ ਇੰਪਰੂਵਮੈਂਟ ਦਾ, ਕੰਪਾਰਟਮੈਂਟ ਦਾ ਤੇ ਐਡੀਸ਼ਨਲ ਦਾ ਤੇ ਓਪਨ ਸਕੂਲ ਦਾ, ਉਹ ਸਿਰਫ ਇੱਥੋਂ ਆਪਣਾ ਰੋਲ ਨੰਬਰ ਕਾਲਮ ਵਾਲੇ ਤੇ ਕਲਿੱਕ ਕਰਕੇ ਆਪਣਾ ਰੋਲ ਨੰਬਰ ਚੈੱਕ ਕਰ ਸਕਦੇ ਆ। ਪਰ ਜਿਹੜੇ ਵਿਦਿਆਰਥੀ ਹਜੇ ਰੈਗੂਲਰ ਹਜੇ 10ਵੀਂ ਤੇ 12ਵੀਂ ਕਲਾਸ ਦੇ ਵਿੱਚ ਪੜ੍ਹ ਰਹੇ ਆ ਕਰੰਟ, ਉਹ ਇੱਥੋਂ ਮਤਲਬ ਰੋਲ ਨੰਬਰ ਡਾਊਨਲੋਡ ਨਹੀਂ ਕਰ ਸਕਦੇ, ਉਹ ਸਿਰਫ ਆਪਣੇ ਸਕੂਲ ਵਾਲੇ ਹੀ ਉਹਨਾਂ ਦੇ ਮਤਲਬ ਜਿਹੜੇ ਰੋਲ ਨੰਬਰ ਆ ਉਹ ਡਾਊਨਲੋਡ ਕਰਕੇ ਉਹਨਾਂ ਤੁਹਾਨੂੰ ਦੇਣਗੇ। ਤੇ ਦੋਸਤੋ ਇਸ ਵਿੱਚ ਮੈਂ ਤੁਹਾਨੂੰ ਸਕੂਲ ਵਾਲੀ ਲੌਗਇਨ, ਆ ਜਿਹੜਾ ਸਕੂਲ ਵਾਲਿਆਂ ਦੇ ਵਿਦਿਆਰਥੀਆਂ ਦੀ ਗੱਲ ਨਹੀਂ ਕਰੂੰਗਾ ਰੋਲ ਨੰਬਰ ਬਾਰੇ, ਮੈਂ ਸਿਰਫ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਵਿਦਿਆਰਥੀਆਂ ਨੇ ਪ੍ਰਾਈਵੇਟਲੀ ਫਾਰਮ ਭਰਿਆ, ਕਿਉਂਕਿ ਸਕੂਲ ਵਾਲੇ ਲੌਗ, ਕਿਉਂਕਿ ਜਿਹੜੇ ਵਿਦਿਆਰਥੀ ਅਜੇ ਸਕੂਲ ਦੇ ਵਿੱਚ ਪੜ੍ਹ ਰਿਹਾ ਉਹ ਤਾਂ ਤੁਸੀਂ ਆਪਣੇ ਸਕੂਲ ਵਾਲਿਆਂ ਤੋਂ ਪਤਾ ਕਰਨਾ ਕਿ ਸਾਡਾ ਰੋਲ ਨੰਬਰ ਕਦੋਂ ਮਿਲੂਗਾ। ਠੀਕ ਹੈ ਦੋਸਤੋ, ਇੱਥੇ ਮੈਂ ਗੱਲ ਕਰਨ ਜਾ ਰਿਹਾ ਕਿ ਪ੍ਰਾਈਵੇਟਲੀ ਜਿਨ੍ਹਾਂ ਨੇ ਫਾਰਮ ਭਰਿਆ ਇੰਪਰੂਵਮੈਂਟ ਦਾ, ਕੰਪਾਰਟਮੈਂਟ ਦਾ, ਐਡੀਸ਼ਨਲ ਦਾ ਤੇ ਓਪਨ ਸਕੂਲ ਦਾ, ਉਹਨਾਂ ਦੇ ਰੋਲ ਨੰਬਰ। ਤੇ ਦੋਸਤੋ ਹੁਣ ਮੈਂ ਤੁਹਾਨੂੰ ਦੱਸਣਾ ਕਿ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ, ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਕੱਲ ਤੁਹਾਡੀ ਜਿਹੜਾ ਤੁਹਾਡਾ ਰੋਲ ਨੰਬਰ ਆ ਜਾਊਗਾ। ਦੋਸਤੋ ਇਹ ਗੱਲ ਮੈਂ ਆਪਣੇ ਕੋਲ ਨਹੀਂ ਕਹੀ, ਇਹ ਗੱਲ ਬੋਰਡ ਦੇ ਅਧਿਕਾਰੀ ਨੇ ਕਿਹਾ ਸੀ। ਤੇ ਦੋਸਤੋ ਕੱਲ ਵੀ ਮੈਂ ਗੱਲ ਕੀਤੀ, ਉਹ ਕਹਿ ਰਿਹਾ ਕਿ ਸ਼ਾਮ ਤੱਕ ਪੈ ਜਾਊਗਾ। ਤੇ ਦੋਸਤੋ ਅੱਜ ਮੈਂ ਫੇਰ ਹਜੇ ਗੱਲ ਕੀਤੀ, ਉਹ ਕਹਿ ਰਿਹਾ ਕਿ ਫੇਰ ਸ਼ਾਮ ਤੱਕ ਪੈ ਜਾਊਗਾ। ਦੋਸਤੋ ਇਹਨਾਂ ਦੀ ਕੋਈ ਪੱਕੀ ਡੇਟ ਨਹੀਂ ਹੁੰਦੀ, ਠੀਕ ਹੈ ਨਾ, ਇਹ ਦੱਸ ਤਾਂ ਦਿੰਦੇ ਆ ਕਿ ਆ ਜਾਊਗਾ ਪਰ ਇਹ ਕਦੇ ਵੀ ਪੱਕੀ ਡੇਟ ਨਹੀਂ ਦੱਸਦੇ ਹੁੰਦੇ, ਕਿਉਂਕਿ ਗੱਲ ਦੱਸਾਂ ਕੀ ਹੈ ਦੋਸਤੋ, ਬਹੁਤ ਸਾਰੇ ਮਤਲਬ ਸਟੂਡੈਂਟ ਨੇ ਜੋ ਕਿ ਐਗਜ਼ਾਮ ਦੇ ਰਹੇ ਆ ਤੇ ਉਹਨਾਂ ਦੇ ਮਤਲਬ ਜਿਹੜੇ ਰੋਲ ਨੰਬਰ ਨੇ ਅਪਡੇਟ ਤੇ ਅਪਲੋਡ ਕਰਨ ਦੇ ਵਿੱਚ ਉਹਨਾਂ ਨੂੰ ਕਾਫੀ ਟਾਈਮ ਲੱਗਦਾ ਵਾ, ਉਹ ਇੱਕ ਦਿਨ ਦੇ ਵਿੱਚ ਸਾਰਾ ਕੰਮ ਨਹੀਂ ਮੁਕਾਉਂਦੇ ਤੇ ਉਹ ਸੋਚਦੇ ਹੁੰਦੇ ਕਿ ਅੱਜ ਮੁੱਕ ਜਾਊਗਾ ਤਾਂ ਇਸ ਲਈ ਸਟੂਡੈਂਟ ਨੂੰ ਕਹਿ ਦਿੰਦੇ ਕਿ ਸ਼ਾਮ ਤੱਕ ਆ ਜਾਊਗਾ, ਪਰ ਉਹਨਾਂ ਦਾ ਕੰਮ ਨਹੀਂ ਮੁੱਕਦਾ ਤਾਂ ਅਗਲੇ ਦਿਨ ਕੰਮ ਵਧੀ ਜਾਂਦਾ ਹੁੰਦਾ, ਇਸ ਲਈ ਉਹ ਸਾਨੂੰ ਅਗਲਾ ਦਿਨ ਕਹਿ ਹੀ ਦਿੰਦੇ ਆ। ਠੀਕ ਦੋਸਤੋ, ਇਸ ਤਰ੍ਹਾਂ ਗੱਲ ਆ। ਤੇ ਅੱਜ ਮੈਂ ਫੇਰ ਕਾਲ ਕੀਤੀ ਤਾਂ ਉਹ ਕਹਿ ਰਿਹਾ ਸ਼ਾਮ ਤੱਕ ਪੈ ਜਾਊਗਾ, ਤੇ ਦੂਸਰੇ ਮੈਂ ਇੱਕ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਇਨਕੁਆਇਰੀ ਦੇ ਵਿੱਚ, ਉਹ ਕਹਿ ਰਿਹਾ ਕਿ ਕੱਲ੍ਹ ਆਊਗਾ। ਦੋਸਤੋ ਇਹਨਾਂ ਦਾ ਕੋਈ ਪੱਕਾ ਪਤਾ ਨਹੀਂ ਹੈਗਾ, ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਇਸ ਦਿਨ ਪੱਕਾ ਆਊਗਾ, ਇਹ ਬੋਰਡ ਦੇ ਅਧਿਕਾਰੀ ਕਹਿੰਦੇ ਆ ਖੁਦ ਕਿ ਆ ਜਾਊਗਾ। ਠੀਕ ਹੈ ਦੋਸਤੋ, ਤੇ ਦੋਸਤੋ ਹੁਣ ਬਾਕੀ ਗੱਲ ਕਰਦੇ ਆ ਆਲ ਓਵਰ ਤੁਹਾਡਾ ਰੋਲ ਨੰਬਰ ਕਦੋਂ ਆਊਗਾ। ਦੋਸਤੋ ਮੈਂ ਕੋਈ ਸਪੈਸੀਫਿਕ ਡੇਟ ਤੁਹਾਨੂੰ ਨਹੀਂ ਦੱਸਣੂ, ਕਿਉਂਕਿ ਅਗਰ ਮੈਂ ਤੁਹਾਨੂੰ ਕੋਈ ਡੇਟ ਦੱਸਦਾ ਤੁਸੀਂ ਕਹਿੰਦੇ ਹੋ ਮੇਰਾ ਨਾਮ ਲਾਉਂਦੇ ਹੋ ਕਿ ਦੱਸ ਸਰ ਤੁਸੀਂ ਤਾਂ ਕਹਿ ਰਹੇ ਸੀਗੇ ਕਿ ਇਸ ਤਰੀਕ ਨੂੰ ਪੱਕਾ ਜਾਣਾ ਰੋਲ ਨੰਬਰ। ਠੀਕ ਹੈ ਦੋਸਤੋ, ਮੈਂ ਕਿਵੇਂ ਦੱਸ ਸਕਦਾ, ਸਾਰਾ ਕੁਝ ਡਿਪੈਂਡ ਦੋਸਤੋ ਬੋਰਡ ਵਾਲਿਆਂ ਤੇ, ਉਹ ਜਦੋਂ ਵੀ ਅਪਡੇਟ ਕਰਨਗੇ ਤੁਹਾਨੂੰ ਸ਼ੋਅ ਹੋ ਜਾਊਗਾ। ਠੀਕ ਹੈ ਦੋਸਤੋ, ਤੁਸੀਂ ਚੈੱਕ ਕਿਵੇਂ ਕਰਨਾ, ਤੁਸੀਂ ਦੇਖ ਸਕਦੇ ਹੋ ਪੀਐਸਬੀ ਦੀ ਜਿਹੜੀ ਵੈਬਸਾਈਟ ਆ, ਰੋਲ ਨੰਬਰ ਵਾਲੇ ਕਾਲਮ ਤੇ ਕਲਿੱਕ ਕਰਿਓ ਸਿੱਧਾ, ਤੇ ਤੁਹਾਡੇ ਸਾਹਮਣੇ ਅਗਰ ਕੁਝ ਜਦੋਂ ਵੀ ਅਗਰ ਰੋਲ ਨੰਬਰ ਆਇਆ ਇੱਥੇ ਨਿਊ ਲਿਖਿਆ ਜਾਊਗਾ ਕਿ ਐਡਮਿਟ ਕਾਰਡ ਫੋਰ ਰਿਪੇਅਰ ਇੰਪਰੂਵਮੈਂਟ ਐਡੀਸ਼ਨਲ ਐਗਜ਼ਾਮ 2020 ਤੇ ਮਾਰਚ। ਠੀਕ ਹੈ, ਇਸ ਤਰ੍ਹਾਂ ਆਜੂਗਾ। ਉਹ ਵੀ ਸਭ ਤੋਂ ਪਹਿਲਾਂ ਕਹਿ ਰਿਹਾ ਕਿ 12ਵੀਂ ਦਾ ਆਊਗਾ, ਹਜੇ 10ਵੀਂ ਦਾ ਟਾਈਮ ਲੱਗੂਗਾ, ਬਾਕੀ ਹਜੇ ਕੁਝ ਪੱਕਾ ਪਤਾ ਨਹੀਂ ਹੈਗਾ, ਕੀ ਪਤਾ ਦੋਨਾਂ ਦੇ ਇਕੱਠੇ ਹੀ ਆ ਜਾਣ। ਠੀਕ ਹੈ, ਬਾਕੀ ਪਹਿਲਾਂ ਕਹਿ ਰਿਹਾ ਕਿ 12ਵੀਂ ਕਲਾਸ ਦਾ ਆਊਗਾ, ਤੇ ਇਸੇ ਤਰ੍ਹਾਂ ਅਗਰ ਤੁਸੀਂ ਦੋਸਤੋ ਚੈੱਕ ਕਰਨਾ ਤੁਸੀਂ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ। ਬਾਕੀ ਦੋਸਤੋ ਰੋਲ ਨੰਬਰ ਬਾਰੇ ਕੋਈ ਵੀ ਮਤਲਬ ਪੱਕੀ
ठीक है। तो बोर्ड दे अधिकारी का नंबर जिवें तुसीं देख सकते हो यह उपर लिखा हुआ वा, तुहानूं मैं दिखा देना नंबर 0172-5127-423 या 423 की जगह पर तुसीं 424 ला सकते हो या 425। तो बाकी दोस्तों बारहवीं एग्जामीनेशन वाले का नंबर हैगा वा 0172-5127-305। बाकी दूसरे टेंथ एग्जामीनेशन का 0172-5127-292। ठीक है, आहर तुहाडा वा टेंथ ते ट्वेल्थ एग्जामीनेशन का नंबर। तो बाकी आह जो उपर नंबर इनकुआरी वाले का वा, तो बाकी तुसीं इस तरह कॉल करके पुछ सकते हो उन्हां तों भी, तो उन्होंने भी यही गल कहनी है। ठीक है दोस्तों, मैं तुहानूं इत्थे आही क्लीयर करना चाहुंदा सी। बाकी अगर तुसीं मेरे तो कुछ पुछना, मेरा नंबर हैगा 9876-05-797। ओके दोस्तों, तुसीं मैनूं कॉल करके पुछ सकते हो बाकी जेकर कुछ पुछना। ठीक है दोस्तों, बस मैं तुहानूं आही दसना सी। बाय बाय, अगर वीडियो वधिया लगी तां लाइक जरूर कर दिओ। ठीक है दोस्तों, बाय बाय।